अस्सलाम माशाल्लाह जी सैरी हो गई है तैयार ते समय वाला भी सैरी कर रहा है मैं भी सैरी कर लगी है ते माशाल्लाह ते आज भी चौथा रोजा भी हो चुका ते माशाल्लाह अल्लाह ताला रोजे कबूल कबूल करे जिन्ना ने रोजे रखे आते जिन जिरे बीमार अल्लाह ताला उन्होंने सेहत तंदुरुस्ती अता फरमावे ते रोजे देख दो आए सी भी पता भी नहीं चल रहा रोजे जल्दी जल्दी जाए जा रहे हैं माशाल्लाह अज चौदहवें रोजे की इफ्तारी सैरी हो गई है माशाल्लाह ਜਦੋਂ ਸੈਰੀ ਕਰ ਰਹੇ ਫਿਰ ਮੈਂ ਵੀ ਸੈਰੀ ਕਰ ਲੈਂਦੀ ਅਤੇ ਟਾਈਮ ਪਤਾ ਨਹੀਂ ਕਿੰਨਾ ਕੁ ਰਹਿ ਗਿਆ ਮੋਰੀ ਮਾਸ਼ਾਅੱਲਾ ਨਾਤਾ ਪੜਦੇ ਬਹੁਤ ਅੱਛਾ ਲੱਗਦਾ ਵੈਸੇ ਦੋ ਮਿੰਟ ਹੋ ਗਏ ਤੇ ਦੋ ਮਿੰਟ ਨਹੀਂ ਹੁੰਦੇ ਬੇਟਾ ਹਾਲੇ ਕਾਫੀ ਟਾਈਮ ਪਿਆ ਅਤੇ ਮੈਂ ਟਾਈਮ ਨਹੀਂ ਦੇਖਿਆ ਅਤੇ ਉਸ ਟਾਈਮ ਦੇ ਲਈ ਜਦੋਂ ਰੋਟੀਆਂ ਬਣਾ ਲਈ ਬੇਟਾ ਘੰਟਾ ਕਹਿੰਦੇ ਸੀ ਵੀ ਤਿੰਨ ਚਾਰ ਰੋਟੀਆਂ ਬੜੇ ਤਾਂ ਪਤਾ ਸਿਲੰਡਰ 'ਤੇ ਜਲਦੀ ਬਣ ਜਾਂਦੀ ਫਿਰ ਕਾਫੀ ਟਾਈਮ ਪਿਆ ਹੁਣ ਤਕਰੀਬਨ ਅੱਧਾ ਘੰਟਾ ਜਾਂ ਚਾਲੀ ਮਿੰਟ ਪਏ ਆ ਅਤੇ ਮੈਂ ਜਲਦੀ ਜਲਦੀ ਉਹਨੂੰ ਸੈਰੀ ਕਰ ਲਵਾਂ ਮਾਸ਼ਾਅੱਲਾ ਜੀ ਅਸੀਂ ਸੈਰੀ ਕਰ ਲਈ ਆ ਅਤੇ ਮੈਂ ਵੀ ਬੱਚਿਆਂ ਨੇ ਵੀ ਅਤੇ ਰੋਜ਼ਾ ਰੋਜ਼ਾ ਹੋ ਗਿਆ ਹੁਣ ਬਾਅਦ ਨੂੰ ਦੁਆ ਮੰਗ ਲਈਏ ਬਿਸਮਿਲ੍ਲਾਹਿ ਰਹਿਮਾਨ ਰਹੀਮ ਦੁਆ ਵੀ ਸਭੇ ਨੂੰ ਮਿਲ ਜਾਵੇ ਤੁਹਾਨੂੰ ਖੁਸ਼ੀ ਹੋਵੇ ਮਾਸ਼ਾਅੱਲਾ ਜੀ ਸੁਬਹ ਸੁਬਹ ਦਾ ਟਾਈਮ ਆ ਸਾਡੀਆਂ ਸਬਜ਼ੀਆਂ ਵਗੈਰਾ ਮਾਸ਼ਾਅੱਲਾ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਮਾਸ਼ਾਅੱਲਾ ਪਾਲਕ ਹੋਰ ਭਰੀ ਹੋ ਗਈ ਆ ਮੇਥੀ ਵੀ ਥੋੜ੍ਹੀ ਥੋੜ੍ਹੀ ਭਰੀ ਹੋ ਗਈ ਆ ਅਤੇ ਬਹਾਰ ਦਾ ਮੌਸਮ ਆਇਆ ਹੋਇਆ ਮਾਸ਼ਾਅੱਲਾ ਬਹੁਤ ਹੀ ਪਿਆਰੇ ਲੱਗਦੇ ਆ ਕਿਉਂਕਿ ਹਰੀ ਭਰੇ ਦੇਖੋ ਦਰਖਤ ਮਾਸ਼ਾਅੱਲਾ ਸਾਡੀ ਤਾਂ ਅਟਾਲੀ ਸਾਰੀ ਹਰੀ ਭਰੀ ਹੋ ਗਈ ਅਤੇ ਨਿੰਮ ਨਹੀਂ ਹਾਲੇ ਤੱਕ ਪੱਤੇ ਨਿਕਾਲੇ ਦੇਖੋ ਕਹਿ ਰਹੇ ਅਗਲੇ ਮਹੀਨੇ ਤੱਕ ਨਿਕਲ ਆਉਣੇ ਅਤੇ ਨਾਲੇ ਸ਼ਰੀਰ ਦੇ ਵੀ ਮਾਸ਼ਾਅੱਲਾ ਕਿਉਂਕਿ ਜਦੋਂ ਪੱਤੇ ਝੜ ਜਾਂਦੇ ਨਾ ਫਿਰ ਦਰਖਤ ਅੱਛੇ ਨਹੀਂ ਲੱਗਦੇ ਪੱਤਿਆਂ ਨਾਲ ਹਰੇ ਹਰੇ ਦਰਖਤ ਅੱਛੇ ਲੱਗਦੇ ਇੱਧਰ ਵੀ ਮਾਸ਼ਾਅੱਲਾ ਸਾਰੇ ਦਰਖਤਾਂ ਨੇ ਪੱਤੇ ਨਿਕਾਲੇ ਹੋਏ ਨਾ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਮੰਜ਼ਰ ਹੈ ਸੁਬਹ ਸੁਬਹ ਦਾ ਅਤੇ ਅੱਛਾ ਲੱਗਦਾ ਵਾ ਸੁਬਹ ਸੁਬਹ ਪਰਿੰਦੇ ਵੀ ਚਹਿਚਹਾ ਰਹੇ ਆ ਅਤੇ ਸੁਬਹ ਸੁਬਹ ਦਾ ਮਾਹੌਲ ਵੈਸੇ ਹੀ ਮਾਸ਼ਾਅੱਲਾ ਖੂਬਸੂਰਤ ਹੁੰਦਾ ਕਿਉਂਕਿ ਲੂਦਗੀ ਵਗੈਰਾ ਤੋਂ ਪਾਕ ਸਾਫ਼ ਹੁੰਦਾ ਵਾ ਸੁਬਹ ਦਾ ਮਾਹੌਲ ਅਤੇ ਸੁਬਹ ਦੀ ਸੈਰ ਵਗੈਰਾ ਕਰਨੀ ਬਹੁਤ ਅੱਛਾ ਲੱਗਦਾ ਵਾ ਮਾਸ਼ਾਅੱਲਾ ਜੀ ਬੱਚੇ ਹੋ ਗਏ ਰੈਡੀ ਅਤੇ ਅੱਜ ਨਾ ਗੁਲਾਮ ਮੁਹੰਮਦ ਦੇ ਜਾ ਨਹੀਂ ਰਿਹਾ ਜਿੱਦ ਕਰ ਰਿਹਾ ਕਹਿ ਰਿਹਾ ਮੁਹੰਮਦ ਜੀ ਤੁਸੀਂ ਛੋੜ ਜਾਓ ਅਤੇ ਮੈਂ ਹੁਣ ਜਾਂਦੀ ਇਹਨਾਂ ਦੇ ਨਾਲ ਨਾਲ ਇਹਨਾਂ ਛੱਡ ਕੇ ਆਉਂਦੀ ਸਕੂਲੇ ਚਲੋ ਠੀਕ ਹੈ ਨਾ ਬੇਟਾ ਤਾਂ ਮੈਂ ਆਪਣੇ ਬੇਟੇ ਨੂੰ ਆਪ ਛੱਡ ਦਿੰਦੀ ਠੀਕ ਠੀਕ ਆ ਠੀਕ ਖੁਸ਼
ਹਾਂ ਪਤਾ ਨਹੀਂ ਅੱਗੇ ਤਾਂ ਭਾਈਆਂ ਨਾਲ ਚੱਲ ਜਾਂਦਾ ਅੱਜ ਵੈਸੇ ਕਹਿ ਰਿਹਾ ਕਹਿੰਦਾ ਮੰਮਾ ਜੀ ਤੁਸੀਂ ਛੱਡ ਗਿਆ ਚਲੋ ਆਪ ਫਿਰ ਕਿਸੇ ਨੂੰ ਛੋੜਨ ਜਾ ਇਹਨਾਂ ਨੂੰ ਤਿਆਰੀ ਕਰਵਾਤੀ ਸੀ ਮੈਂ ਜਲਦੀ ਜਲਦੀ ਮਾਸ਼ਾਅੱਲਾ ਜੀ ਅਸੀਂ ਰਸਤੇ ਜਾ ਰਹੇ ਅਗਲਾ ਮੰਮਾ ਜਲਦੀ ਕਰੋ ਬੇਟਾ ਦੇਰ ਹੋ ਰਹੀ ਹੈ ਜਲਦੀ ਜਲਦੀ ਕਰੋ ਮਾਸ਼ਾਅੱਲਾ ਇੱਧਰ ਵੀ ਫਸਲ ਵਗੈਰਾ ਲੱਗੀ ਹੋਈ ਹੈ ਅਤੇ ਆਹ ਗੁਲਾਬ ਦੇ ਫੁੱਲ ਮਾਸ਼ਾਅੱਲਾ ਇਹ ਹੈਗੇ ਤਿੰਨ ਕਲਰ ਦੇ ਆ ਬਹੁਤ ਹੀ ਪਿਆਰੇ ਅਤੇ ਕੋਈ ਘੜੀਆਂ ਡੋਡੀਆਂ ਬਣੀਆਂ ਹੋਈਆਂ ਅਤੇ ਪਲੇਟਾਂ ਦਾ ਪਾਣੀ ਲਗਾ ਲਿਆ ਪਲੇਟਾਂ ਵਿੱਚ ਪੀਣ ਵਾਲੇ ਅਤੇ ਜਿਸ ਤਰ੍ਹਾਂ ਧੁੱਪ ਨਿਕਲ ਹੋਈ ਅਤੇ ਫਿਰ ਪਾਣੀ ਵਗੈਰਾ ਲਗਾਉਣਗੇ ਪਲੇਟਾਂ ਦਾ ਮੰਮਾ ਇਹਨਾਂ ਨੇ ਨਾ ਦੋ ਤਿੰਨ ਬੱਕਰੀਆਂ ਰੱਖੀਆਂ ਅਤੇ ਪੱਠੇ ਵੱਢ ਕੇ ਲੈ ਜਾਂਦੇ ਮਾਸ਼ਾਅੱਲਾ ਜੀ ਆਹ ਮੇਰਾ ਸੂਟ ਸੀਗਾ ਨਾ ਪਿਆ ਹੋਇਆ ਸੀਗਾ ਅਤੇ ਅੱਗੇ ਸਰਦੀਆਂ ਲਿਆਂਦਾ ਸੀ ਜਿਸ ਟਾਈਮ ਅਸੀਂ ਮੁਲਤਾਨ ਗਏ ਸੀ ਮੁਲਤਾਨੋਂ ਲਿਆਂਦਾ ਵਾ ਅਤੇ ਇਹ ਹੈਗਾ ਸੂਟ ਹੈਗਾ ਵੈਸੇ ਮੋਟਾ ਅਤੇ ਮਾਸ਼ਾਅੱਲਾ ਹੁਣ ਮੈਂ ਸਿਲਾਈ ਕਰਕੇ ਹਟੀ ਹੈ ਮਾਸ਼ਾਅੱਲਾ ਕਮੀਜ਼ ਸਿਲਾਈ ਕਰ ਚੁੱਕੀ ਆ ਅਤੇ ਬਾਜ਼ੂ ਵੀ ਇਹਦੇ ਸਭ 'ਤੇ ਲੈਸ ਵਗੈਰਾ ਲਗਾ ਤੇ ਮਾਸ਼ਾਅੱਲਾ ਬਹੁਤ ਹੀ ਪਿਆਰੇ ਡਿਜ਼ਾਇਨ ਵਾਲੇ ਆ ਮਾਸ਼ਾਅੱਲਾ ਕਢਾਈ ਦਾ ਫੁੱਲ ਵੀ ਆ ਅਤੇ ਨਾ ਬਹੁਤ ਹੀ ਪਿਆਰਾ ਮੇਰਾ ਸੂਟ ਸੀਗਾ ਅਤੇ ਸ਼ਲਵਾਰ ਹੈਗੀ ਆ ਸ਼ਲਵਾਰ ਵਾਸਤੇ ਆ ਮੈਂ ਪੈਚ ਤਿਆਰ ਕੀਤਾ ਵਾ ਇਹ ਲੱਗੀ ਹੁਣ ਲਗਾਉਣ ਅਤੇ ਮੈਂ ਕਿਹਾ ਲਗਾ ਲਵਾ ਸਾਰਾ ਮੇਰਾ ਸੂਟ ਮਾਸ਼ਾਅੱਲਾ ਅੱਜ ਤਿਆਰ ਹੋ ਗਿਆ ਵਾ ਅਤੇ ਮੈਂ ਸਕੂਲ ਬੱਚੇ ਛੱਡ ਕੇ ਆ ਕੇ ਅਤੇ ਮੈਂ ਕਿਹਾ ਚਲੋ ਅੱਜ ਟਾਈਮ ਸੀਗਾ ਅਤੇ ਉਦੋਂ ਦਾ ਸੀਨ ਤਾਂ ਨਹੀਂ ਕਿਉਂਕਿ ਘਰ ਦੇ ਵਿੱਚ ਕੰਮ ਹੁੰਦੇ ਪਏ ਸੀ ਕਿਤੇ ਸਰਦੀ ਸੀ ਸਰਦੀ 'ਚ ਦਿਹਾੜੀਆਂ ਵੀ ਛੋਟੀਆਂ ਹੁੰਦੀਆਂ ਫਿਰ ਨਾ ਟਾਈਮ ਨਹੀਂ ਸੀ ਲੱਗਦਾ ਚਲੋ ਮੈਂ ਕਿਹਾ ਹੁਣ ਪਾ ਲੈਂਦੇ ਖੈਰ ਆ ਅਤੇ ਇਹ ਵੀ ਮੋਟਾ ਹੈ ਮੋਟਾ ਵੀ ਹੁਣ ਪਾਉਣ ਵਾਲਾ ਨਹੀਂ ਅਤੇ ਰੋਜ਼ਿਆਂ 'ਚ ਸੁਭਾਅ ਮਿਲੇਗਾ ਅਤੇ ਨਵਾਂ ਸੂਟ ਮੈਂ ਕਿਹਾ ਸਿਲਾਈ ਕਰ ਲੈਂਦੀ ਅੱਜ ਵਿਹਲੀ ਬੈਠੀ ਸੀ ਮਾਸ਼ਾਅੱਲਾ ਜਿਵੇਂ ਸੂਟ ਤਿਆਰ ਕਰਨ ਲੱਗ ਗਈ ਆ ਅਤੇ ਮਾਸ਼ਾਅੱਲਾ ਸਲਵਾਰ ਤਾਂ ਇਕੱਲਾ ਬਸ ਪੈਚ ਲਗਾਉਣ ਵਾਲਾ ਰਹਿ ਗਿਆ ਪੈਚ ਨੂੰ ਮੈਂ ਇਸਤਰੀ ਵਗੈਰਾ ਫੇਰ ਕੇ ਨਾ ਸੈੱਟ ਕਰਕੇ ਹਟੀ ਆ ਅਤੇ ਹੁਣ ਮੈਂ ਇਹ ਲਗਾ ਲੈਂਦੀ ਪੈਚ ਉੱਪਰ ਮਾਸ਼ਾਅੱਲਾ ਜੀ ਸਭ ਤੋਂ ਪਹਿਲਾਂ ਜੀ ਮੈਂ ਆਪਣਾ ਸੂਟ ਅੱਲਾ ਖੈਰ ਕਰੇ ਮੁਕੰਮਲ ਕਰ ਲਿਆ ਵਾ ਅਤੇ ਬੱਚੇ ਵੀ ਹੁਣ ਆ ਗਏ ਹੁਣ ਸੁਭਾਅ ਵਧੀਆ 'ਚ ਲੱਗੀ ਸੀ ਖੁਸ਼ੀ ਹੋਕੇ ਜਦੋਂ ਬੱਚੇ ਨੂੰ ਸਕੂਲ ਛੱਡ ਕੇ ਆ ਗਏ ਜਦੋਂ ਬਰਤਨ ਵਗੈਰਾ ਮਿੱਟੀ ਨਹੀਂ ਧੋਲੇ ਸੀ ਮਾਸ਼ਾਅੱਲਾ ਸੂਟ ਵੀ ਹੋ ਗਿਆ ਮੇਰਾ ਮੁਕੰਮਲ ਸ਼ਰਾਬ ਦੇ ਪੂਜੇ ਬਣਾਏ ਇਸ ਤਰ੍ਹਾਂ ਮਾਸ਼ਾਅੱਲਾ ਟੋਲ ਵੀ ਸੀ ਲਿਆ ਅਤੇ ਅਲੀਰਾ ਦਾ ਮੇਰੀ ਦੁਪੱਟਾ ਸੀਗਾ ਭਾਈ ਉਹਨਾਂ ਨੂੰ ਪੀਕੋ ਕਰਨ ਵਾਸਤੇ ਦਿੱਤਾ ਮਾਸ਼ਾਅੱਲਾ ਦੁਪੱਟਾ ਮੇਰਾ ਵੀ ਆ ਗਿਆ ਮਾਸ਼ਾਅੱਲਾ ਪੀਕੋ ਦੇ ਕੁੰਗਰੀ ਆਈ ਪੀਕੋ ਕਰ ਦਿੱਤੀ ਆ ਅਤੇ ਇਹ ਦੁਪੱਟਾ ਵੀ ਆ ਚੁੱਕਿਆ ਵਾ ਮਾਸ਼ਾਅੱਲਾ ਅਤੇ ਮੈਂ ਕਿਹਾ ਸੀ ਹੈ ਤਾਂ ਮੋਟਾ ਵਾ ਮੈਂ ਕਿਹਾ ਉਸ ਟਾਈਮ ਨਾ ਕੰਮ ਵਗੈਰਾ ਹੁੰਦਾ ਪਿਆ ਸੀ ਘਰ ਦੇ ਸਾਰੇ ਕੰਮ ਵੀ ਮਿਸਤਰੀ ਲੱਗੇ ਹੁੰਦੇ ਸੀ ਕਿਤੇ ਟਾਈਮ ਨਹੀਂ ਸੀਗਾ ਮੇਰੀ ਸਰਦੀਆਂ ਦਿਹਾੜੀਆਂ ਹੁੰਦੀਆਂ ਛੋਟੀਆਂ ਅਤੇ ਨਾਲੇ ਮਸ਼ੀਨ ਵੀ ਉੱਥੇ ਪਈ ਸੀ ਜਿੱਥੇ ਸਮਾਨ ਪਿਆ ਅਤੇ ਫਿਰ ਮਸ਼ੀਨ ਲਿਆ ਦਿੱਤੀ ਮੈਂ ਚਲੋ ਅੱਜ ਮਸ਼ੀਨ ਲੈਂਦੇ ਅਤੇ ਆਹ ਸੀਗੇ ਆਹ ਸਰਾਣੀਆਂ ਦੇ ਕਵਰ ਵੀ ਸਾਰੇ ਖਰਾਬ ਹੋ ਗਏ ਸੀ ਆ ਗਏ ਸਾਰਾ ਅਤੇ ਆਹ ਵੀ ਇੱਕ ਦਾ ਸੀ ਲਿਆ ਦੂਸਰੀ ਦਾ ਵੀ ਸੀ ਰੱਖੀ ਉੱਥੇ ਮਾਸ਼ਾਅੱਲਾ ਤੋਂ ਸਾਰਾ ਪੂਰਾ ਪੂਰਾ ਆ ਗਿਆ ਕਵਰ ਅਤੇ ਦੂਸਰਾ ਵੀ ਮੈਂ ਦੇਖ ਗਈ ਸੈੱਟ ਕਰਦੀ ਉਹ ਵੀ ਪੂਰਾ ਅੰਦਰ ਤੋਂ ਨਹੀਂ ਹੋਇਆ ਅਤੇ ਪੀਸ ਸੀ ਇਹ ਘਰ ਪਿਆ ਟੁੱਟਾ ਅਤੇ ਮੈਂ ਕਿਹਾ ਚਲੋ ਇਹਦਾ ਕਵਰ ਬਣਾ ਲਿਆ ਜਦੋਂ ਅਗਲੇ ਦਿਨ ਮੈਂ ਧੋਣ ਲੱਗੀ ਤਾਂ ਦੇਖੇ ਦਾ ਇਹ ਨਾ ਆਹ ਕੀ ਆਪਣੇ ਕੀ ਕਵਰ ਜੇ ਸੀਗੇ ਪਲਾਸਟਰ ਦੇ ਗਏ ਸਾਰੇ ਖਰਾਬ ਹੋ ਗਏ ਹੁਣ ਕਾਫੀ ਦੇਰ ਹੋ ਗਈ ਮਾਸ਼ਾਅੱਲਾ ਸਾਲ ਪੂਰਾ ਹੀ ਹੋ ਚੱਲਾ ਵਾ ਅਤੇ ਕੁਛ ਨਾ ਨਾ ਆਪਣੀ ਬਾਹਰੋਂ ਭੇਜੀ ਸੀ ਅਤੇ ਆਹ ਹੋਣਾ ਸਾਰਾ ਖਰਾਬ ਹੋ ਗਿਆ ਸੀਗਾ ਅਤੇ ਮੈਂ ਸਾਰਾ ਨਵੇਂ ਸ਼ਾਦੀ ਵਗੈਰਾ ਕੀਤਾ ਲਿਆ ਅਤੇ ਗੁਲਾਮ ਮੁਹੰਮਦ ਪੜ੍ਹ ਕੇ ਆ ਚੁੱਕਿਆ ਵਾ ਅਤੇ ਥੱਕ ਗਿਆ ਵਾ ਲੇਟ ਗਿਆ ਹੈ ਗੁਲਾਮ ਮੁਹੰਮਦ ਨੂੰ ਗਰਮੀ ਲੱਗਦੀ ਗਰਮੀ ਲੱਗਦੀ ਮੇਰਾ ਬੇਟਾ ਉਹਨੇ ਸਬਕ ਸੁਣਾਇਆ ਸੋਹਣਾ ਸੋਹਣਾ ਪੜ੍ਹਿਆ ਤਾਂ ਕੋਈ ਨਹੀਂ ਟੀਚਰ ਨੇ ਸ਼ਾਬਾ ਦਿੱਤੀ ਫੁੱਟ ਦਿੱਤੀ ਪਤਾ ਕਿ ਛੋਟਾ ਬੱਚਾ ਨਾ ਇਹਨੂੰ ਪਤਾ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਨਹੀਂ ਕਈ ਨਾ ਟੀਚਰ ਨੇ ਸ਼ਾਬਾ ਦਿੱਤੀ ਕਿਉਂਕਿ ਇਸ ਬੱਚੇ ਨੂੰ ਸਬਕ ਆ ਜਾਂਦਾ ਫਿਰ ਟੀਚਰ ਸ਼ਾਬਾ ਦਿੰਦੇ ਨੇ ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਟੀਚਰ ਨੇ ਕਿਹਾ ਵੀ ਸ਼ਾਬਾ ਕੀ ਮੈਂ ਇਹਦਾ ਵੀ ਕਵਰ ਬਣਾ ਸਕਦਾ ਵੀ ਦੂਸਰਾ ਇੱਕ ਬਸ ਛੋਟਾ ਰਹਿ ਗਿਆ ਅਤੇ ਉਹਦੇ ਵਿੱਚ ਦੇਖੂੰ ਤੂੰ ਬਸ ਸਮਝੋ ਮੈਂ ਥੱਕ ਗਈ ਅੱਜ ਮਾਸ਼ਾਅੱਲਾ ਕਾਫੀ ਜ਼ਿਆਦਾ ਕੰਮ ਕੀਤਾ ਛੋਟੇ ਸੁਬਹਾ ਫਿਰ ਉਹ ਘਰ ਦੇ ਕੰਮ ਵਗੈਰਾ ਕੀਤੇ ਸਫਾਈਆਂ ਵਗੈਰਾ ਕਰਕੇ ਬਰਤਨ ਵਗੈਰਾ ਧੋ ਗਏ ਮੈਂ ਸੁਬਹਾ ਦੀ ਬਾਹਰ ਹੀ ਨਿਕਲੀ ਬਸ ਅਤੇ ਕਮਰੇ 'ਚ ਬੈਠੀ ਹੋਈ ਇੱਥੇ ਮਸ਼ੀਨ ਰੱਖ ਲਈ ਸੀ ਬਸ ਇੱਥੇ ਬੈਠੀ ਨਹੀਂ ਆ ਸਾਰਾ ਚੀਜ਼ ਅੱਜ ਸੀ ਜਾਂਦੀ ਹੈ ਅੱਲਾ ਖੈਰ ਕਰਿਆ ਲਏ ਨਾ ਗੁਲਾਮ ਮੁਹੰਮਦ ਦੀ ਇੱਕ ਪੈਂਡ ਵੀ ਪਾਰਟੀ ਹੋਈ ਰਹਿੰਦੀ ਸੀ ਹੋਏ ਹੈ ਨਾ ਗੁਲਾਮ ਮੁਹੰਮਦ ਉਹਨਾਂ ਭੁੱਟ ਗਈ ਸੀ ਉਸ ਦਿਨ ਉਹਨੂੰ ਮੈਂ ਸੀਨ ਵਾਲੇ ਠੀਕ ਕਰਨਾ ਕੁਛ ਬੱਚਿਆਂ ਦੇ ਕੱਪੜੇ ਹੈਗੇ ਪਾਰਟੀ ਹੋਏ ਸੀਨ ਵਾਲੇ ਕਿਉਂਕਿ ਗਰਮੀਆਂ ਆ ਗਈਆਂ ਹੁਣ ਅੱਲਾ ਖੈਰ ਕਰਿਆ ਵੀ ਸਰਦੀਆਂ ਵਾਲੇ ਸਾਰੇ ਕੱਪੜੇ ਵਗੈਰਾ ਰੱਖ ਦਿੱਤੇ ਅਤੇ ਗਰਮੀਆਂ ਵਾਲੇ ਗੰਦੇ ਜੋ ਸੱਟ ਵਗੈਰਾ ਕੱਢੀਏ ਵੀ ਆ ਕੁਛ ਹੁੰਦੇ ਅੱਲਾ ਤਾਲਾ ਦਾ ਸ਼ੁਕਰ ਆ ਵੀ ਕੱਪੜੇ ਇੰਨਾ ਤਾਂ ਸ਼ੁਕਰ ਆ ਨਾ ਵੀ ਮੈਂ ਆਪਣੇ ਤਾਂ ਖੁਦ ਸਿਲਾਈ ਕਰ ਲੈਂਦੀ ਵੀ ਤਾਂ ਮਹਿੰਗਾਈ ਬਹੁਤ ਆ ਅਤੇ ਸਿਲਾਈ ਵੀ ਬਹੁਤ ਜ਼ਿਆਦਾ ਵਾ ਅਤੇ ਕੋਈ ਨਹੀਂ ਮੈਂ ਵੀ ਇੰਨੇ ਜ਼ਿਆਦਾ ਖਾਸ ਨਹੀਂ ਸੀਂਦੀ ਅਤੇ ਬਸ ਮਾੜੇ ਮੋਟੇ ਤਾਂ ਸੀ ਲੈਂਦੀ ਚਲੋ ਬਹੁਤਾਂ ਜੇ ਆਪਣੇ ਜੋਗੇ 'ਤੇ ਆ ਹੀ ਜਾਂਦੇ ਆ
जो भी अज की रूटीन सारी असं अपने भैन भरावों शेयर की अगर मेरे भैन भरा वीडियो पसंद आ गई तो लाइक कर दी शेयर कर दी कमेंट लाजमी सुन पाँच अल्लाह हाफिज़ अल्लाह हाफिज़।